ਪਟਿਆਲਾ ਪੁਲਿਸ ਨੂੰ ਅੱਜ ਉਸ ਵੇਲੇ ਸਫਲਤਾ ਮਿਲੀ ਹੈ ਜਦੋਂ ਪਟਿਆਲਾ ਪੁਲਿਸ ਨੇ ਦੋ ਨਾਮਚੀਨ ਗੈਂਗਸਟਰਾਂ ਨੂੰ ਆਪਣੀ ਹਿਰਾਸਤ ਦੇ ਵਿਚ ਲੈ ਲਿਆ। ਇਨ੍ਹਾਂ ਦੇ ਵਿਚੋਂ ਮਨਕੀਰਤ ਸਿੰਘ ਨਾਮ ਦਾ ਇੱਕ ਗੈਂਗਸਟਰ ਉਹ ਹੈ ਜਿਸ ਨੇ ਕਿ ਦਿਲਪ੍ਰੀਤ ਬਾਬਾ ਨੂੰ 2016 ਦੇ ਵਿਚ ਪੁਲਿਸ ਦੀ ਕਸਟਡੀ ਦੇ ਵਿਚੋਂ ਛੁਡਾਉਣ ਦੇ ਵਿਚ ਸਫਲਤਾ ਹਾਸਲ ਕੀਤੀ ਸੀ। ਇਸ ਦੇ ਉੱਤੇ 5 ਮਾਮਲੇ ਪਹਿਲਾਂ ਵੀ ਦਰਜ ਨੇ। ਇਸ ਦੇ ਨਾਲ ਹੀ ਦੂਜੇ ਗੈਂਗਸਟਰ ਜਿਸ ਦਾ ਨਾਮ ਦਿਲਪ੍ਰੀਤ ਦਲੀ ਹੈ, ਜਿਸ ਦੇ ਉੱਤੇ 11 ਮਾਮਲੇ ਦਰਜ ਨੇ। ਮਨਕੀਰਤ ਸਿੰਘ ਦਿਲਪ੍ਰੀਤ ਬਾਬੇ ਨੂੰ ਛੁਡਾਉਣ ਤੋਂ ਬਾਅਦ ਦੋ ਵਾਰ ਵਿਦੇਸ਼ੀ ਦੌਰੇ ਦੇ ਉੱਤੇ ਮਲੇਸ਼ੀਆ ਅਤੇ ਦੁਬਈ ਦੇ ਵਿਚ ਜਾ ਕੇ ਆਇਆ, ਜਿਸ ਕਰਕੇ ਇਸ ਨੂੰ ਫੜਿਆ ਨਹੀਂ ਜਾ ਸਕਿਆ। ਇਸ ਦੇ ਨਾਲ ਹੀ ਇਹ ਦੋਨੋ ਪਟਿਆਲਾ ਦੇ ਵਿਚ ਰਹਿ ਰਹੇ ਸਨ ਅਤੇ ਕਿਸੇ ਕਾਰਵਾਈ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿਚ ਸਨ। ਇਨ੍ਹਾਂ ਨੂੰ ਅਦਾਲਤ ਦੇ ਵਿਚ ਪੇਸ਼ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਪਟਿਆਲਾ ਪੁਲਿਸ ਵੱਲੋਂ ਜ਼ੋਰਦਾਰ ਢੰਗ ਨਾਲ ਜਿਹੜੀ ਐਂਟੀ ਸੋਸ਼ਲ ਸਮਾਜ ਵਿਰੋਧੀ ਅੰਸਰਾਂ ਦੇ ਵਿਰੁੱਧ ਜੋ ਕੰਪੇਨ ਚਲਾਈ ਜਾਂਦੀ ਹੈ, ਜਿਵੇਂ ਕਿ ਸਾਨੂੰ ਪਿਛਲੇ 6 ਮਹੀਨਿਆਂ 'ਚ ਬਹੁਤ ਵੱਡੀਆਂ ਕਾਮਯਾਬੀਆਂ ਮਿਲੀਆਂ, ਉਸੇ ਤਰ੍ਹਾਂ ਹੀ ਸਾਨੂੰ ਦੋ ਗੈਂਗਸਟਰ ਜਿਹੜੇ ਭਗੌੜੇ ਸੀ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ। ਇੱਕ ਮਨਕੀਰਤ ਇਲੀਅਸ ਮਨੀ, ਅਤੇ ਇਹਦੇ 'ਤੇ 5 ਪਰਚੇ ਦਰਜ ਹੈ, ਅਤੇ ਸਭ ਤੋਂ ਸੈਂਸੇਸ਼ਨਲ ਹੈ ਜਿਹਦੇ ਵਿੱਚ 2016 ਦੇ ਵਿੱਚ ਦਿਲਪ੍ਰੀਤ ਬਾਬਾ ਨੂੰ ਇਹਨਾਂ ਨੇ ਹੁਸ਼ਿਆਰਪੁਰ ਪੁਲਿਸ ਦੀ ਕਸਟਡੀ ਦੇ ਵਿੱਚ ਹਥਿਆਰਬੰਦ ਹਮਲਾ ਕਰਕੇ ਉਹਦੇ 'ਚ ਛੁਡਾਇਆ ਸੀ, ਅਤੇ ਦੂਸਰਾ ਇਹਦੇ ਵਿੱਚ ਹੈਗਾ ਦਲਜੀਤ ਡੱਲੀ, ਇਹਦੇ 'ਤੇ ਕਰੀਬ 11 ਮੁਕੱਦਮੇ ਦਰਜ ਹੈ। ਇਹਨਾਂ ਤੋਂ ਇੱਕ ਪਿਸਟਲ, 32 ਬੋਰ ਅਤੇ ਇੱਕ 9mm ਦਾ ਦੇਸੀ ਕੱਟਾ ਉਹਦੇ 'ਚ ਉਹ ਮਿਲਿਆ, 7 ਕਾਟਰਜ ਇੱਕ ਨਾ ਮਿਲੇ ਆ ਅਤੇ 5 ਇੱਕ ਨਾ ਮਿਲੇ ਆ। ਇਹਨਾਂ ਨੂੰ ਅੱਜ ਅਸੀਂ ਅਦਾਲਤ ਵਿੱਚ ਪੇਸ਼ ਕਰਾਂਗੇ ਅਤੇ ਇਹਨਾਂ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕਰਾਂਗੇ। ਸਰ, ਕੋਈ ਵਾਰਦਾਤ ਨੂੰ ਵੀ ਅੰਜਾਮ ਦੇਣ ਦੇ ਮੂਹਰੇ ਸੀ ਵੱਡੀ? ਦੇਖੋ, ਇਹਨਾਂ ਦਾ ਕ੍ਰਿਮੀਨਲ ਪਾਸਟ ਹੈ। ਇਹ ਜਿਹੜੀ ਯੂਨੀਵਰਸਿਟੀ ਦੇ ਓਪੋਜ਼ਿਟ ਜਿਹੜੇ ਜਿੱਥੇ ਸਟੂਡੈਂਟ ਰਹਿੰਦੇ ਆ, ਸਟੂਡੈਂਟਾਂ ਦੇ ਨਾਲ ਰਹਿ ਰਹੇ ਸੀ ਕੁਛ ਦਿਨ ਤੋਂ। ਇਹਨਾਂ ਦੀ ਇੱਥੇ ਕ੍ਰਾਈਮ ਕਮਿਟ ਕਰਨ ਦੀ ਪਲਾਨ ਸੀ। ਇਹਨਾਂ ਦੇ ਵਿੱਚੋਂ ਜਿਹੜਾ ਮਨਕੀਰਤ ਹੈ ਉਹ ਜਦੋਂ ਦਿਲਪ੍ਰੀਤ ਵਾਲੀ ਵਾਰਦਾਤ ਤੋਂ ਬਾਅਦ ਇੱਕ ਵਾਰੀ ਮਲੇਸ਼ੀਆ ਭੱਜ ਗਿਆ ਸੀ, ਫਿਰ ਵਾਪਸ ਆ ਗਿਆ, ਫਿਰ ਡਬਈ ਗਿਆ, ਦੋ ਵਾਰੀ ਡਬਈ ਗਿਆ, ਅਤੇ ਇਸ ਕਰਕੇ ਹੁਣ ਆ ਕੇ ਲਾਸਟ ਅਕਤੂਬਰ ਦੇ ਵਿੱਚ ਸ਼ਾਇਦ ਵਾਪਸ ਆ ਗਿਆ ਸੀ, ਅਤੇ ਉਦੋਂ ਬਾਅਦ ਇੱਥੇ ਸੀ। ਇੱਥੇ ਪਟਿਆਲੇ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿਉਂਕਿ ਬਿਨਾਂ ਪਲਾਨ ਤੋਂ, ਬਿਨਾਂ ਵੈਪਨ ਤੋਂ, ਬਿਨਾਂ ਕਾਟਰੇਜ ਤੋਂ ਇੱਥੇ ਫਿਰਨ ਦਾ ਕੋਈ ਮਕਸਦ ਹੀ ਕੋਈ ਨਹੀਂ। ਕ੍ਰਾਈਮ ਕਮਿਟ ਕਰਨਾ ਸੀ, ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਉਹ ਪੁੱਛਗਿੱਛ ਕਰਾਂਗੇ ਵੀ ਕਿਹੜੇ ਕੀ ਕ੍ਰਾਈਮ ਕਰਨਾ ਸੀ ਅਤੇ ਕਿਹੜੇ ਹੋਰ ਬੰਦੇ, ਕਿਉਂਕਿ ਸਾਡੀ ਇਨਵੈਸਟੀਗੇਸ਼ਨ ਦਾ ਇਹਦੇ ਵਿੱਚ ਵੀ ਇਹ ਦੋ ਜਾਣੇ ਨਹੀਂ, ਇਹਨਾਂ ਦੇ ਨਾਲ ਕੋਈ ਹੋਰ ਔਰਾ ਵੀ ਘੁੰਮ ਰਿਹਾ, ਉਹਨਾਂ ਨੂੰ ਵੀ ਅਸੀਂ ਪੜਤਾਲ ਕਰਕੇ। ਸਰ, ਫੈਮਿਲੀ ਬੈਕਗ੍ਰਾਉਂਡ ਕੀ ਹੈਗੀ? ਫੈਮਿਲੀ ਦੇ ਵਿੱਚ ਦੋਵਾਂ ਦੇ ਫਾਦਰ ਆ ਜਿਹੜੇ ਕੈਨੇਡਾ ਰਹਿੰਦੇ ਆ, ਦੋਨੇ ਪਲੱਸ ਟੂ ਪਾਸ ਹੈ, 30-32 ਸਾਲ ਦੀ ਦੋਨਾਂ ਦੀ ਏਜ ਹੈ। ਇਹਨੂੰ ਕਹਿ ਦਿਓ ਵੀ ਕ੍ਰਾਈਮ ਦੇ ਵਿੱਚ ਜਦੋਂ ਸੈਂਸੇਸ਼ਨਲ ਕ੍ਰਾਈਮ ਹੈ, ਜਦੋਂ ਪੁਲਿਸ ਤੋਂ ਹਮਲਾ ਕਰਕੇ ਕੋਈ ਬੰਦਾ ਛੁਡਾ ਦੇ, ਸਭ ਤੋਂ ਵੱਡਾ ਕ੍ਰਾਈਮ ਉਹਨੂੰ ਕਹਿੰਦੇ ਹਾਂ ਅਸੀਂ, ਅਤੇ ਗੈਂਗਸਟਰ ਦਿਲਪ੍ਰੀਤ ਬਾਬਾ ਇਹਨੂੰ ਛੁਡਾਇਆ ਸੀ ਇਹਨਾਂ ਨੇ, ਅਤੇ ਦੂਸਰੇ 'ਤੇ 12 ਉਹਦੇ ਮੁਕੱਦਮੇ, ਇਸ ਕਰਕੇ ਕਹਿ ਦਿਓ ਕ੍ਰਿਮੀਨਲ ਪਾਸਟ ਹੈ। ਹਾਂਜੀ, ਇਹ ਜ਼ਿਆਦਾ ਜਿੰਨੇ ਜਿਹੜੇ ਇਹਦੇ ਪਰਚੇ ਹੈ, ਇਹ ਦੁਆਬਾ, ਮੇਨ ਦੁਆਬਾ ਏਰੀਏ ਦੇ ਵਿੱਚ ਹੈ, ਜਿਹੜਾ ਜਲੰਧਰ, ਹੁਸ਼ਿਆਰਪੁਰ, ਨਕੋਦਰ ਅਤੇ ਉਸ ਡਿਸਟ੍ਰਿਕਟ ਦੇ ਵਿੱਚ ਹੈ ਜਿਹੜੇ ਇਹਦੇ ਪਰਚੇ ਦਰਜ ਹੈ। ਪੀਜੀ ਵਿੱਚ ਨਹੀਂ ਰਹਿ ਰਹੇ ਸੀਗੇ, ਬੇਸਿਕਲੀ ਸਟੂਡੈਂਟਸ ਦੇ ਕੋਲੇ ਰਹਿ ਰਹੇ ਸੀਗੇ। ਹਜੇ ਅਸੀਂ ਉਹਦੀ ਵੇਰੀਫਿਕੇਸ਼ਨ, ਕਿੱਥੇ ਰਹਿ ਰਹੇ ਸੀ, ਕਿਹੜੇ ਬੰਦਿਆਂ ਨਾਲ ਰਾਬਤਾ ਸੀ, ਉਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ। ਕਈ ਡਿਟੇਲਸ ਹੈ, ਅਸੀਂ ਉਹਨਾਂ ਦੇ ਵਰਕਆਊਟ ਕਰ ਰਹੇ ਹਾਂ, ਤੁਹਾਡੇ ਨਾਲ ਹਜੇ ਸ਼ੇਅਰ ਕਰਨੀ ਵਾਜਬ ਨਹੀਂ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ।